दीप पुत पानी दे जा, दीप पानी दे जा पुत कुट। रमन आ मां नु पानी दे के जाके ना। मैं की करूं, ये तो कुछ ना कुछ मंगी जाती है। पानी नु की हाल जोड़ के आई है, सारा दिन वेली बैठी रहती है मंजे ते। इदी अखां नाल इदी जुबान क्यों ना गई? मैं इत्थों नहीं जाईदा, तू फड़ाया। मैं तो आप होने आया, थक्या पिया जा फड़ा के आ पानी तू। हाँ ये गल पिया ढोल मैनू बजाउणा पैणा। पुत पानी दी ते तां मैनू भी नहीं सी लगी। मैं सोचा तू मैनू पानी लेके आएगा, मैं तेरे हत्थां नू हाथ ला के वेखूंगी मेरे पुत नू की हो गया। जिहड़ा कदे इस मां दी गोद दी चों नहीं निकलदा सी ते हुण उहदे कोले आउण तों भी डरदा। रब्बा तू मैनू किहड़े पापां दी सजा दे रिहा? जे तू बाला कहनी है मैं एक बार गल कर लेना, जे मन जे तां मन्ने जां ना मन्ने इहनू छड्ड आओ, मेरा जीना दुब्बर किता पिया बुड़ी ने। ठीक है मैं कर लेना सवेरे गल मान। ठीक है ताला मां चाह पी ला। मां मैं तां इह सोचदा सी वी तैनूं शहर छड्डा मां छोटे कोले, उत्थे हस्पताल भी नेड़े है ते डाक्टर भी सियाणा, हाँ तैनूं दवाई बूटी तां सौखा हो जूगा। पुत शहर च मेरा जी नहीं लगना ते नाले उहनां दे तां डंगर वाला कोठा भी है नहीं, उह मेरा मंजा कित्थे डाउणगे? ਉਹਨਾਂ ਦਾ ਤਾਂ ਸਾਰਾ ਘਰ ਹੀ ਪੱਕਾ ਪੁੱਤ। ਮਾਂ ਇੱਥੇ ਰਮਨ ਨੂੰ ਵੀ ਔਖਾ ਹੈ, ਇਹਨੂੰ ਵੀ ਵਿਚਾਰੀ ਨੂੰ ਘਰ ਦਾ ਕੰਮ ਬਹੁਤ ਹੁੰਦਾ ਸਾਰਾ ਦਿਨ। ਮੈਂ ਤਾਂ ਤੇਰੇ ਭਲੇ ਲਈ ਕਹਿੰਦਾ ਸੀ। ਪੁੱਤ ਮੈਂ ਤੁਹਾਨੂੰ ਕਿਤੇ ਬੋਝ ਤਾਂ ਨਹੀਂ ਲੱਗਣ ਲੱਗ ਪਈ? ਮੇਰਾ ਤਾਂ ਰੱਬ ਹੀ ਵੈਰੀ ਬਣ ਗਿਆ, ਨਾ ਉਹ ਤੇਰੇ ਪਿਓ ਨੂੰ ਲੈ ਕੇ ਜਾਂਦਾ ਨਾ ਤੁਹਾਨੂੰ ਮੈਨੂੰ ਸਾਂਭਣਾ ਪੈਂਦਾ। ਕੀ ਮਾਂ ਮਿਹਣੇ ਜੇ ਮਰੀ ਜਾਂਦੀ ਹੈ, ਜੇ ਨਹੀਂ ਜਾਣਾ ਨਾ ਜਾ, ਤੇਰੀ ਮਰਜ਼ੀ ਹੈ। ਪੁੱਤ ਨੂੰ ਤਾਂ ਬਗਾਨੀ ਧੀ ਹੈ, ਤੂੰ ਤਾਂ ਮੇਰੇ ਢਿੱਡ ਦੀ ਅੰਦਰ ਹੈ, ਫਿਰ ਤੂੰ ਇੰਨਾ ਨਰਮੋਹਾ ਕਿਉਂ ਹੋ ਗਿਆ? ਹੈਲੋ। ਹੈਲੋ ਦੀਪ, ਕੀ ਹਾਲ ਆ? ਵਧੀਆ ਬਾਈ। ਉਹ ਕੀ ਕਰੀ ਜਾਂਦਾ ਸੀ? ਕੁਛ ਨਹੀਂ, ਬਸ ਪਿਆ ਸੀਗਾ। ਹੱਦ ਆ ਯਾਰ, 9 ਵਜੇ ਪਏ ਆ, ਅਜੇ ਵੀ ਪਿਆ? ਬਸ ਉੱਠਦਾ ਹੀ ਸੀ, ਤੂੰ ਦੱਸ ਕਿਵੇਂ ਫੋਨ ਲਾਇਆ? ਉਹ ਮੈਂ ਤਾਂ ਤੈਨੂੰ ਐਂ ਫੋਨ ਲਾਇਆ ਸੀ, ਮੇਰੇ ਨਾਲ ਸ਼ਹਿਰ ਚੱਲੇਗਾ? ਉਹ ਮੈਨੂੰ ਕੰਮ ਸੀ ਇੱਕ ਦੋ, ਜੇ ਤੇਰੇ ਕੋਲ ਟਾਈਮ ਹੈਗਾ ਤਾਂ। ਉਹ ਕੋਈ ਗੱਲ ਨਹੀਂ, ਚੱਲ ਵੜਦੇ ਆ। ਚੱਲ ਮੈਂ ਉੱਠਦਾ ਤੇ ਹੁਣ ਨਾ ਤਿਆਰ, ਤੂੰ ਆ ਜਾ। ਚੱਲ ਠੀਕ ਹੈ ਬਾਈ, ਆਉਣਾ ਮੈਂ। ਓਕੇ ਬਾਈ, ਆ ਜਾ।
ਹੋਰ ਚਾਚੀ ਠੀਕ ਰਹਿਣੀ ਆ ਹਣਾ ਹਾਂ ਠੀਕ ਹੈ ਪੁੱਤ ਕੌਣ ਹੈ ਤੂੰ ਮੈਂ ਅਰਤਾਰ ਆ ਮਾਤਾ ਬਾਠਾਂ ਦਾ ਅੱਛਾ ਅੱਛਾ ਜਿਉਂਦਾ ਰਹਿ ਪੁੱਤ ਮੈਨੂੰ ਕਿਹੜਾ ਦਿਸਦਾ ਓਏ ਆ ਜਾ ਹੁਣ ਇੱਥੇ ਬਹਿ ਗਿਆ ਉਹ ਆ ਗਿਆ ਆ ਗਿਆ ਚਲ ਗਏ ਗੱਲ ਸੁਣੋ ਜੀ ਆ ਲਓ ਲਿਸਟ ਬਾਜ਼ਾਰ ਤੋਂ ਸਮਾਨ ਲੈ ਆਇਓ ਠੀਕ ਉਹ ਸੱਚੇ ਕਾਲੋੜ ਦੇ ਸ਼ੀਸ਼ੀ ਵੀ ਲਿਆਇਓ ਮੈਂ ਲਿਖਣਾ ਭੁੱਲ ਗਈ ਸੀ ਠੀਕ ਹੈ ਲਿਆਉਂਗਾ ਹੁਣ ਹੋਰ ਤਾਂ ਨਹੀਂ ਕੋਈ ਲਿਆਉਣਾ ਨਹੀਂ ਹੋਰ ਕੋਈ ਨਹੀਂ ਪੁੱਤ ਮੇਰੀ ਗੱਲ ਸੁਣੀ ਮਾਂ ਨਾਲੇ ਤੈਨੂੰ ਚੰਗਾ ਭਲਾ ਪਤਾ ਹੈ ਵੀ ਜਾਂਦੇ ਬੰਦੇ ਨੂੰ ਮਗਰੋਂ ਆਵਾਜ਼ ਨਹੀਂ ਮਾਰੀਦੀ ਹੁੰਦੀ ਹਾਂ ਦੱਸ ਕੀ ਆ ਹੁਣ ਪੁੱਤ ਮੇਰੀ ਖੰਘ ਵਾਲੀ ਦਵਾਈ ਮੁੱਕੀ ਪਈ ਹੈ ਇੱਕ ਸ਼ੀਸ਼ੀ ਲਿਆ ਦੀ ਮੈਨੂੰ ਠੀਕ ਹੈ ਲਿਆ ਦੂੰਗਾ ਮਾਂ ਦੀ ਦੋਈ ਲੈ ਲਈ ਓਹੋ ਮੇਰੀ ਤਾਂ ਮੱਤ ਹੀ ਮਾਰੀ ਪਈ ਆ ਵਾਕਿਆ ਤੇਰੀ ਮੱਤ ਮਾਰੀ ਪਈ ਆ ਜੋ ਮਾਂ ਦੀਆਂ ਕਹੀਆਂ ਤੈਨੂੰ ਗੱਲਾਂ ਯਾਦ ਨਹੀਂ ਰਹਿੰਦੀਆਂ ਆ ਲਿਸਟ 'ਚ ਬਾਹਰ ਆ ਰੋਡ ਤੋਂ ਤੈਨੂੰ ਯਾਦ ਰਹਿ ਗਿਆ ਮਾਂ ਦੀ ਦੋਈ ਕਿਵੇਂ ਭੁੱਲ ਗਿਆ ਉਹ ਤੂੰ ਬਾਹਲੀਆਂ ਗੱਲਾਂ ਨਾ ਮਾਰ ਉਹ ਸਾਹਮਣੇ ਮੈਡੀਕਲ ਜਾ ਫੜ ਕੇ ਲੈ ਗਿਆ ਹਲਾ ਮਾਤਾ ਆ ਪਈ ਹਰਾਂ ਦਵਾਈ ਜਿਉਂਦਾ ਵਸਦਾ ਰਹਿ ਪੁੱਤ ਪੁੱਤੇ ਦਾ ਢੱਕਣ ਖੋਲ ਕੇ ਦੇ ਦੇ ਲਿਆ ਮਾਤਾ ਮੈਂ ਦਿੰਦਾ ਦਵਾਈ ਆ ਲਓ ਮਾਤਾ ਹਲ ਮਾਤਾ ਪਾਣੀ ਚਾਹੁੰਦਾ ਰਹਿ ਕਿੱਧਰ ਰਹਿ ਗਿਆ ਸੀ ਉਹ ਮਾਤਾ ਨੂੰ ਦਵਾਈ ਦੇਣ ਲੱਗ ਗਿਆ ਸੀ ਭਾਬੀ ਜੀ ਮਾਤਾ ਨੂੰ ਕਾਫੀ ਖੰਘ ਹੋਈ ਪਈ ਹੈ ਉਹਨੂੰ ਟਾਈਮ ਨਾਲ ਦਵਾਈ ਦੇ ਦਿਆ ਕਰੋ ਅਵਤਾਰ ਕੀ ਕਰਾਂ ਮੈਂ ਤੱਕੀ ਪਈ ਹਾਂ ਬੁੜੀ ਨੂੰ ਸਾਂਭ ਸਾਂਭ ਕੇ ਮੇਰੇ ਤੋਂ ਨਹੀਂ ਹੁਣ ਇਹਦੀ ਹੋਰ ਸੇਵਾ ਹੁੰਦੀ ਭਾਬੀ ਗੁੱਸਾ ਨਾ ਕਰੀ ਮੈਨੂੰ ਨਹੀਂ ਲੱਗਦਾ ਤੂੰ ਮਾਤਾ ਦੀ ਸੇਵਾ ਕਰਦੀ ਹੋਣੀ ਹੈ ਤੁਸੀਂ ਤਾਂ ਭਾਂਡੇ ਵੀ ਉਹਦੇ ਡਿਸਪੋਜ਼ਲ ਲੈ ਕੇ ਰੱਖੇ ਨਾ ਧੋਣੇ ਪੈਣ ਨਾ ਮਾਂਜਣੇ ਪੈਣ ਅਤੇ ਉੱਤੋਂ ਮੰਜਾ ਉਹ ਵੀ ਡੰਗਰਾਂ ਵਾਲੇ ਕੋਠੇ ਚੜਾ ਰੱਖਿਆ ਉਹਦਾ ਇਹ ਹੁੰਦੀ ਮਾਂ ਦੀ ਸੇਵਾ ਯਾਰ ਅਵਤਾਰ ਤੈਨੂੰ ਪਤਾ ਤਾਂ ਹੈ ਵੀ ਮਾਂ ਨੂੰ ਖੰਘ ਰਹਿੰਦੀ ਹੈ ਅਤੇ ਉਹ ਵਾਰੀ ਵਾਰੀ ਸਾਰਾ ਦਿਨ ਥੁੱਕਦੀ ਰਹਿੰਦੀ ਹੈ ਅਤੇ ਆਪਣੇ ਸਾਰੇ ਵਿਹੜੇ 'ਚ ਫਰਸ਼ ਲੱਗੀ ਹੈ ਇਹ ਸਭ ਦੇਖ ਕੇ ਰਮਨ ਨੂੰ ਘਬਰਾਹਟ ਜੀ ਹੁੰਦੀ ਹੈ ਨਾ ਜੇ ਬੁੱਢਿਆਂ ਹੈ ਤੈਨੂੰ ਜਾਂ ਭਾਬੀ ਨੂੰ ਖੰਘ ਲੱਗ ਗਈ ਅਤੇ ਤੁਹਾਡਾ ਵੀ ਤੁਹਾਡੇ ਪੁੱਤ ਨੇ ਡੰਗਰਾਂ ਵਾਲੇ ਕੋਠੇ 'ਚ ਮੰਜਾ ਡਾਹਤਾ ਫਿਰ ਤੁਹਾਨੂੰ ਕਿਵੇਂ ਲੱਗੂ ਨਾ ਭਾਬੀ ਜੇ ਤੇਰੇ ਬੁਢਾਪੇ 'ਚ ਤੇਰੀ ਨੂੰਹ ਨੇ ਤੈਨੂੰ ਕਹਿਤਾ ਵੀ ਮੈਥੋਂ ਨਹੀਂ ਤੇਰੀ ਸੇਵਾ ਹੁੰਦੀ ਫਿਰ ਤੇਰੇ 'ਤੇ ਕੀ ਬੀਤੂ ਇੱਕ ਕਰੀ ਸੋਚ ਕੇ ਦੇਖ ਜਵਾਨੀ ਦੇ ਜੋਸ਼ 'ਚ ਬੰਦਾ ਬਹੁਤ ਗਲਤੀਆਂ ਕਰਦਾ ਅਤੇ ਭੁੱਲ ਜਾਂਦਾ ਵੀ ਇਹ ਦਿਨ ਸਾਡੇ 'ਤੇ ਵੀ ਆ ਸਕਦੇ ਉਹ ਤੂੰ ਕਹਿੰਦਾ ਰਹਿੰਦਾ ਨਾ ਵੀ ਮੇਰੇ ਘਰ 'ਚ ਬਰਕਤ ਹੈ ਨਹੀਂ ਉਹ ਤੈਨੂੰ ਪਤਾ ਬਰਕਤ ਕਿਉਂ ਨਹੀਂ ਹੈਗੀ ਚੱਲ ਛੱਡ ਉਹ ਸਾਂਭ ਲਓ ਵੇਲਾ ਜੇ ਅਜੇ ਵੀ ਸਾਂਭ ਸਕਦੇ ਹਾਂ ਤਾਂ
ਕਿਤੇ ਭਾਬੀ ਪਿੱਛੇ ਲੱਗ ਕੇ ਦੀਪ ਮਾਤਾ ਨੂੰ ਸ਼ਹਿਰ ਜਾਂ ਕਿਤੇ ਹੋਰ ਤਾਂ ਨਹੀਂ ਛੱਡਿਆ? ਅੱਗੇ ਤਾਂ ਮਾਤਾ ਹਮੇਸ਼ਾ ਇੱਥੇ ਪਈ ਹੁੰਦੀ ਹੈ, ਕੀ ਹੋ ਸਕਦਾ? ਅੰਦਰ ਜਾ ਕੇ ਦੇਖ। ਚੱਲ ਮੈਂ ਤੇਰੇ ਨਾਲ ਬਾਅਦ 'ਚ ਕਰਦਾ ਗੱਲ। ਹਾਂਜੀ ਹਾਂਜੀ ਠੀਕ ਹੈ ਬਾਈ। ਹੋਰ ਬਈ ਉਤਾਰ? ਵਧੀਆ ਬਾਈ। ਕਿਵੇਂ ਗੇੜਾ ਮਾਰਿਆ? ਗੇੜਾ ਤਾਂ ਕਿਵੇਂ ਮਾਰਨਾ ਬਾਈ, ਇਹ ਜੋ ਮੈਂ ਦੇਖ ਰਿਹਾ ਸੱਚੀ ਹਾਂ ਜਾਂ ਮੈਂ ਕੋਈ ਸੁਪਨਾ ਦੇਖ ਰਿਹਾ? ਸੁਪਨਾ ਨਹੀਂ ਬਾਈ, ਇਹ ਸੱਚੀ ਹੈ। ਉਹ ਇਹ ਚਮਤਕਾਰ ਕਿਵੇਂ ਹੋ ਗਿਆ ਮੈਨੂੰ ਵੀ ਦੱਸ ਬਾਈ। ਜਿਸ ਦਿਨ ਤੂੰ ਸਾਡੇ ਕੋਲੋਂ ਘਰੋਂ ਗਿਆ ਇਹ ਉਸ ਦਿਨ ਦੀ ਗੱਲ ਹੈ। ਉਹ ਸਾਂਭ ਲਓ ਵੇਲਾ, ਜੇ ਅਜੇ ਵੀ ਸਾਂਭ ਸਕਦੇ ਹਾਂ ਤਾਂ। ਗਿਆਨ ਤਾਂ ਐਂ ਵੰਡ ਕੇ ਗਿਆ ਜਿਵੇਂ ਆਪ ਬਾਹਲਾ ਸਿਆਣਾ ਹੋਵੇ, ਜਦੋਂ ਬੁਢਾਪਾ ਉਹ ਵੇਖੀ ਜਾਊ। ਹਾਂ ਹੁਣ ਤੁਸੀਂ ਕਿੱਧਰ ਚੱਲੇ ਹੋ? ਮਾਂ ਮੈਨੂੰ ਮਾਫ ਕਰ ਦੇ ਮਾਂ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਜੋ ਤੈਨੂੰ ਅਣਗੋਲਿਆ ਤੇ ਅਣਦੇਖਿਆ ਕਰਦਾ ਰਿਹਾ। ਮਾਂ ਅੰਨੀ ਤੂੰ ਨਹੀਂ, ਅੰਨਾ ਤਾਂ ਮੈਂ ਸੀ ਜੋ ਇਹ ਸਭ ਕਰਦਾ ਰਿਹਾ। ਕੋਈ ਨਾ ਪੁੱਤ, ਫੇਰ ਕੀ ਹੋਇਆ? ਮੈਂ ਕਿਹੜਾ ਕਦੇ ਤੇਰੀ ਕਿਸੇ ਗੱਲ ਦਾ ਗੁੱਸਾ ਕਰਿਆ? ਰੱਬ ਤੈਨੂੰ ਕੌੜੀ ਵੇਲ ਵਾਂਗ ਵਧਾਵੇ। ਨਾ ਇੱਦਾਂ ਨਾਲ ਲਾ ਕੇ ਬੈਠਾ, ਖੋਰੇ ਕਿਹੜੀ ਬਿਮਾਰੀ ਹੋਣੀ ਇਹਨੂੰ? ਨਾ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਇੱਦਾਂ ਬੋਲਦੀ ਹੈ? ਜੇ ਤੇਰੀ ਮਾਂ ਨਾ ਕੋਈ ਇੱਦਾਂ ਕਰੇ ਫੇਰ? ਮੇਰੀ ਮਾਂ ਤੱਕ ਜਾਣ ਦੀ ਕੋਈ ਲੋੜ ਨਹੀਂ ਤੁਹਾਨੂੰ। ਨਾ ਹੁਣ ਆਪਣੀ ਵਾਰੀ ਦੁੱਖ ਲੱਗਿਆ, ਮੇਰੀ ਗੱਲ ਸੁਣ ਲੈ ਇੱਕ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਦੀ ਸੇਵਾ ਕਰਨੀ ਹੈ। ਨਾ ਮੇਰੇ ਤੋਂ ਨਹੀਂ ਇਹਦਾ ਹੋਰ ਗੋਲਕ ਧੰਦਾ ਹੁੰਦਾ, ਜਾਂ ਆਪਣੀ ਮਾਂ ਨੂੰ ਰੱਖ ਲੈ ਜਾਂ ਮੈਨੂੰ। ਰਮਨ ਆਏ ਨਹੀਂ ਕਰੀਦਾ ਹੁੰਦਾ, ਤੂੰ ਸਿਆਣੀ ਬਣ। ਸਿਆਣੀ ਮੈਂ ਕੀ ਬਣਾ? ਮੇਰੀ ਮਾਤਾ ਤੇਰੀ ਅੰਨੀ ਮਾਂ ਨੇ ਮਾਰੀ ਆ। ਨਾ ਤੇਰੀ ਇਹ ਹਿੰਮਤ, ਤੂੰ ਮੇਰੀ ਮਾਂ ਨੂੰ ਐਂ ਬੋਲੇ? ਸੋਰੀ ਯਾਰ। ਕੀ ਸੋਰੀ? ਹੁਣ ਤੁਸੀਂ ਮੇਰੇ ਤੇ ਹੱਥ ਵੀ ਚੁੱਕਣ ਲੱਗ ਪਏ। ਦੇਖ ਰਮਨ, ਆਪਣੇ ਵਿਆਹ ਨੂੰ 4 ਸਾਲ ਹੋ ਗਏ ਤੇ ਮੈਂ ਤੇਰੀ ਕਦੇ ਵੀ ਕੋਈ ਗੱਲ ਨਹੀਂ ਮੋੜੀ। ਤੂੰ ਰੱਬ ਅੱਗੇ ਰੋਜ਼ ਅਰਦਾਸ ਕਰਦੀ ਹੈ ਕਿ ਮੇਰੀ ਝੋਲੀ ਧੀ ਜਾਂ ਪੁੱਤ ਪਾ ਦੇ, ਪਰ ਤੇਰੀ ਅਰਦਾਸ ਪੂਰੀ ਨਹੀਂ ਹੋਈ। ਕੀ ਪਤਾ ਇਹਦਾ ਕਾਰਨ ਇਹੀ ਹੋਵੇ ਕਿ ਆਪਾਂ ਮਾਂ ਦੀ ਸੇਵਾ ਨਹੀਂ ਕਰਦੇ। ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਕਿਸਮਤ ਨਹੀਂ ਮਾੜੀ, ਮੇਰਾ ਦਿਲ ਕਹਿੰਦਾ ਆਪਾਂ ਆਪਣੀ ਇੱਕ ਵਾਰੀ ਗਲਤੀ ਸੁਧਾਰੀਏ, ਫਿਰ ਦੇਖੀਏ ਆਪਣੇ ਘਰ ਕਿਵੇਂ ਖੁਸ਼ੀਆਂ ਆਉਂਦੀਆਂ। ਨਾਲੇ ਮਾਂ ਨੇ ਅੱਧੀ ਤਾਂ ਉਹਨੇ ਠੀਕ ਹੋ ਜਾਣਾ ਜਦੋਂ ਰਲ ਕੇ ਆਪਾਂ ਦੋਵਾਂ ਨੇ ਉਹਦੀ ਸੇਵਾ ਕੀਤੀ। ਸਹੀ ਕਹਿ ਰਹੇ ਹੋ ਤੁਸੀਂ, ਪਰ ਤੁਸੀਂ ਮੇਰੇ ਥੱਪੜ ਕਿਉਂ ਮਾਰਿਆ? ਓਹੇ ਉਹ ਤਾਂ ਗੁੱਸੇ 'ਚ ਵੱਜ ਗਿਆ, ਨਾਲੇ ਉਹਦੇ ਲਈ ਤੈਨੂੰ ਸੋਰੀ ਕਹਿ ਤਾਂ ਦਿੱਤਾ। ਸੋਰੀ ਤੁਹਾਨੂੰ ਨਹੀਂ, ਸੋਰੀ ਤਾਂ ਮੈਨੂੰ ਵੀ ਬੋਲਣੀ ਚਾਹੀਦੀ ਹੈ ਕਿਉਂਕਿ ਮੈਂ ਤੁਹਾਨੂੰ ਅਤੇ ਮਾਂ ਨੂੰ ਚੰਗਾ ਮਾੜਾ ਬੋਲਿਆ। ਚਲੋ ਉੱਠਾ ਮੈਂ ਕਰਾਂ, ਆਪਾਂ ਮਾਂ ਕੋਲ ਚੱਲਦੇ ਹਾਂ ਅਤੇ ਆਪਣੀਆਂ ਗਲਤੀਆਂ ਦੀ ਮਾਫ਼ੀ ਮੰਗਦੇ ਦੋਵੇਂ ਜਾਣੇ। ਬਾਈ ਅੱਜ ਮੈਂ ਬਹੁਤ ਖੁਸ਼ ਹਾਂ ਜੋ ਤੂੰ ਆਪਣੀ ਮਾਂ ਨੂੰ ਸੰਭਾਲਿਆ। ਵਾਹਿਗੁਰੂ ਤੁਹਾਡੇ 'ਤੇ ਇੱਦਾਂ ਹੀ ਮਿਹਰ ਭਰਿਆ ਹੱਥ ਰੱਖੇ। ਚੰਗਾ ਬਾਈ, ਹੁਣ ਮੈਂ ਚੱਲਦਾ। ਠੀਕ ਹੈ ਬਾਈ।